ਹਾਂਜੀ ਸ਼ਸ਼ੀ ਬਾਲਾ ਜੀ ਕਦੋਂ ਹੋਇਆ ਸੀ ਤੁਹਾਡਾ ਮਿੰਨੀ ਗੈਸਟ੍ਰਿਕ ਬਾਈਪਾਸ 26 ਮਾਰਚ 2013 ਅੱਛਾ 4 ਮਹੀਨੇ ਹੋ ਗਏ ਨਾ ਕਿੰਨਾ ਭਾਰ ਸੀ ਤੁਹਾਡਾ ਉਦੋਂ 101 ਕਿਲੋ ਅੱਜ ਕਿੰਨਾ ਅੱਜ 83 ਕਿਲੋ 18 ਕਿਲੋ ਭਾਰ ਘੱਟ ਗਿਆ ਨਾ ਤੁਹਾਡਾ ਕੀ ਦਿੱਕਤ ਆਉਂਦੀ ਸੀ ਤੁਹਾਨੂੰ ਆਪਰੇਸ਼ਨ ਤੋਂ ਪਹਿਲਾਂ ਪਹਿਲਾਂ ਇੱਕ ਤਾਂ ਸ਼ੂਗਰ ਬਹੁਤ ਜ਼ਿਆਦਾ ਸੀ ਹਾਂਜੀ ਬਾਕੀ ਸੌ ਵੀ ਨਹੀਂ ਸਕਦੀ ਸੀ ਰਾਤ ਨੂੰ ਅੱਛਾ ਕਰਾੜੇ ਹੋਏ ਤੇ ਸੀ ਸਾਰਾ ਬੈਗ ਨਹੀਂ ਕੱਟਣ ਬੈਠ ਕੇ ਸੌਂਦੇ ਸੀਗੇ ਤੁਸੀਂ ਹੁਣ ਤਾਂ ਆਪਰੇਸ਼ਨ ਤੋਂ ਬਾਅਦ ਕਿਵੇਂ ਹੋ ਹੁਣ ਤਾਂ ਵਧੀਆ ਹੁਣ ਸੌਂਦੇ ਨੇ ਲੇਟ ਕੇ ਹਾਂਜੀ ਹੁਣ ਤਾਂ ਸੌ ਜਾਂਦੇ ਹੁਣ ਤਾਂ ਮੈਂ ਉੱਠਦੀ ਹੀ ਨਹੀਂ ਰਾਤ ਨੂੰ ਅੱਛਾ ਪਹਿਲਾਂ ਤਾਂ ਬੁਰਾ ਹਾਲ ਸੀ ਠੀਕ ਹੈ ਕਰਾੜੇ ਨਹੀਂ ਹੋਏ ਦਿਨ ਨਾ ਸ਼ੂਗਰ ਕਿਵੇਂ ਹੁਣ ਤੁਹਾਡੀ ਸ਼ੂਗਰ ਹੁਣ 120 ਆਉਣ ਲੱਗ ਪਈ ਹੈ ਕਿੰਨੀ ਪੁਰਾਣੀ ਸ਼ੂਗਰ ਸੀਗੀ ਤੁਹਾਡੀ 12 ਸਾਲ ਪਹਿਲਾਂ ਕੀ ਲੈਂਦੇ ਸੀ ਤੁਸੀਂ ਉਹਨੂੰ ਕੰਟਰੋਲ ਕਰਨ ਲਈ ਪਹਿਲਾਂ ਤਾਂ ਉਹ ਇੰਜੈਕਸ਼ਨ ਲਾਉਂਦੀ ਸੀ ਪੇਟ 'ਚ ਠੀਕ ਹੈ ਅਤੇ ਆਪਰੇਸ਼ਨ ਤੋਂ ਬਾਅਦ ਕਿਵੇਂ ਇੰਸੂਲਿਨ ਬੰਦ ਹੋ ਗਈ ਤੁਹਾਡੀ ਹਾਂਜੀ ਕੀ ਲੈ ਹੁਣ ਕਿਵੇਂ ਰਹਿੰਦੀ ਹੈ ਤੁਹਾਡੀ ਸ਼ੂਗਰ ਹੁਣ ਤਾਂ 120 ਤੇ ਆ ਗਈ ਨੋਰਮਲ ਹੋ ਗਈ ਨੋਰਮਲ ਹੈ ਸ਼ੂਗਰ ਠੀਕ ਹੈ ਅਤੇ ਹੋਰ ਕੋਈ ਦਿੱਕਤ ਆਈ ਤੁਹਾਨੂੰ ਆਪਰੇਸ਼ਨ ਦੇ ਵੇਲੇ ਆਪਰੇਸ਼ਨ ਦੇ ਟਾਈਮ ਕੋਈ ਦਿੱਕਤ ਆਈ ਨਹੀਂ ਨਹੀਂ ਕੁਛ ਨਹੀਂ ਹੋਇਆ ਕੋਈ ਪੇਨ ਵਗੈਰਾ ਠੀਕ ਹੈ ਅਤੇ ਚੱਲਣਾ ਫਿਰਨਾ ਕਦੋਂ ਸ਼ੁਰੂ ਕਰਤਾ ਸੀਗਾ ਉਹ ਦੂਜੇ ਦਿਨ ਹੀ ਉੱਠ ਗਏ ਦੂਜੇ ਦਿਨ ਹੀ ਉੱਠ ਗਏ ਸੀ ਹਾਂਜੀ ਠੀਕ ਹੈ ਅਤੇ ਉਲਟੀ ਵਗੈਰਾ ਦੀ ਦਿੱਕਤ ਤਾਂ ਨਹੀਂ ਆਈ ਤੁਹਾਨੂੰ ਕੁਛ ਖਾਣ ਪੀਣ ਦਾ ਅਤੇ ਮਲਟੀਵਿਟਾਮਿਨ ਕੈਲਸ਼ੀਅਮ ਆਇਰਨ ਸਪਲੀਮੈਂਟ ਦੇ ਜਾਂਦੇ ਹੋ ਰੈਗੂਲਰਲੀ ਹਾਂਜੀ ਸਭ ਕੁਛ ਠੀਕ ਹੈ ਜੀ ਆਪਣੇ ਬਲੱਡ ਦੇ ਟੈਸਟ ਵੀ ਤੁਸੀਂ ਰੈਗੂਲਰਲੀ ਕਰਾਉਂਦੇ ਰਹਿਣਾ ਠੀਕ ਹੈ ਜੀ